नबी मसाबे दे अंदर गुजरिया हजूर दा साथ दिंदियां गुजरिया। अजे 39 बंदे मुसलमान होए ने, 38 बंदे मुसलमान होए। मुख्तलिफ तफसीरां ने एक दिन सिद्दीक अकबर लजपाल आका दी बारगाह दे अंदर अपने जज्बात ईमानिया तो मगलूब होकर अर्ज करदे ने, सोणिया जदों साडा खुदा भी सच्चा है, साडा दीन भी सच्चा है, साडा ईमान सच्चा, साडा कुरान सच्चा, तुसी सच्चे नबी बन के आए हो, ऐ मदीने दे ताजदार, मेरा दिल करदा है मक्के दे काफरां दे सामने मैं अलल ऐलान तुहाडी सदाकत दा ऐलान कर देवां। दीन सच्चा है, ईमान सच्चा, कुरान सच्चा, खुदा सच्चा है। हजूर कदों तक असी छुप के ऐ लोगों नूं दावत दिंदे रहांगे? असी है जो जदों सच्चे दे मैदान दे विच गरजना चाहिए, ऐलान करना चाहिए। लेकिन हुजूर ते हिकमत दे बादशाह ने, मेरे मुस्तफ़ा ने मुस्करा के फरमाया, सिद्दीक अकबर तेरे जज्बात नूं मैं समझना, लेकिन अजे तक साचों के साडी अददी कुवत घट है, इफरादी कुवत साडे कोल घट है, बंदे थोड़े मुसलमान होए ने, कुफार दी ताकत ज़्यादा, हिकमत अमरी नाल चलांगे ते कामयाब होवांगे, इस वास्ते अजे ऐलान नहीं करना। थोड़ी देर बाद सिद्दीक अकबर दे सीने जिहड़ा ईमानी कुवत, ईमानी इश्क दा जिहड़ा जोश सी ना, ओह फिर मौजां च आ गया, ते सिद्दीक अकबर हुजूर दी बारगाह च हाज़र होए, सरकार मेरा दिल करदा है ਇਹ ਜਿਹੜੇ ਕਾਫਰਾਂ ਦੇ ਜਿੱਥੇ ਕਾਬੇ ਦੇ ਸਾਹਮਣੇ ਬੈਠ ਕੇ ਆਪਣੇ ਪਿਓ ਦਾਦੇ ਦੀਆਂ ਗੱਲਾਂ ਕਰਦੇ ਨੇ ਅਤੇ ਵੱਡੇ ਵੱਡੇ ਬਾਦਸ਼ਾਹਾਂ ਦੇ ਕਸੀਦੇ ਬਿਆਨ ਕਰਦੇ ਨੇ, ਅੱਜ ਕਿਉਂ ਨਾ ਹੋਵੇ ਇਹਨਾਂ ਦੇ ਸਾਹਮਣੇ ਮੈਂ ਸੱਚੇ ਖੁਦਾ ਦੀ ਵਹਦਾਨੀਅਤ ਦਾ ਐਲਾਨ ਕਰਦੇ ਹਾਂ। ਬੋਲੀਏ ਸੁਭਾਨ। ਮੇਰੇ ਕਰੀਮ ਨਬੀ ਅਲੈਹਿ ਸਲਾਮ ਨੇ ਫਿਰ ਦੁਬਾਰਾ ਵੀ ਮਨਾ ਫਰਮਾਇਆ, ਲੇਕਿਨ ਥੋੜ੍ਹੀ ਦੇਰ ਤੋਂ ਬਾਅਦ ਸਿੱਦੀਕ ਅਕਬਰ ਦੇ ਸੀਨੇ ਦੇ ਅੰਦਰ ਜਿਹੜਾ ਤਲਾਤਮ ਬਰਪਾ ਹੋਇਆ, ਈਮਾਨੀ ਕੁਵਤਾਂ ਵਾਲਾ, ਈਮਾਨੀ ਇਸ਼ਕ ਅਤੇ ਮੁਹੱਬਤ ਵਾਲਾ, ਤੀਸਰੀ ਵਾਰ ਵੀ ਮੇਰੇ ਕਰੀਮ ਨਬੀ ਅਲੈਹਿ ਸਲਾਮ ਦੀ ਬਾਰਗਾਹ ਦੇ ਅੰਦਰ ਉਹ ਕਸਰੇ ਸਦਾਕਤ ਦਾ ਲਾੜਾ ਅਰਜ਼ ਕਰਦਾ, ਸਰਕਾਰ ਇਜਾਜ਼ਤ ਦਿਓ ਮੈਂ ਕਾਫਰਾਂ ਦੇ ਸਾਹਮਣੇ ਅੱਲਾਹ ਦੀ ਵਹਦਾਨੀਅਤ ਦਾ ਐਲਾਨ ਕਰਨਾ ਚਾਹਨਾ। ਹਜ਼ੂਰ ਨੇ ਸੈਯਦਨਾ ਸਿੱਦੀਕ ਅਕਬਰ ਦੇ ਇਸ ਗੱਲ ਨੂੰ ਸਰਕਾਰ ਮੋੜ ਨਹੀਂ ਸਕੀ, ਸਰਕਾਰ ਨੇ ਫਰਮਾਇਆ ਆ ਠੀਕ ਹੈ ਸਿੱਦੀਕ ਅਕਬਰ ਐਲਾਨ ਕਰ, ਹੁਣ ਕਾਬੇ ਦੀ ਦੀਵਾਰ ਦੇ ਨਾਲ ਸਦਾਰਤ ਦੀ ਕੁਰਸੀ 'ਤੇ ਬੈਠਣ ਵਾਲਾ ਮੇਰਾ ਮੁਸਤਫਾ ਸੀ, ਇਸਲਾਮ ਦਾ ਪਹਿਲਾ ਖਤੀਬ ਸੁਣੋ, ਸਿੱਦੀਕ ਅਕਬਰ ਖੜ੍ਹੇ ਹੋ ਗਏ। ਚੰਦ ਬੰਦੇ ਜਿਹੜੇ ਮੰਨਣ ਵਾਲੇ ਹਜ਼ੂਰ ਦੇ ਗੁਲਾਮ ਨੇ, ਉਹ ਵੀ ਸਾਰੇ ਗਰੀਬ ਸਨ, ਕੋਈ ਬਿਲਾਲ ਏ, ਖਬਾਬ ਬਿਨ ਅਰਤ, ਅਮਾਰ ਬਿਨ ਯਾਸਰ, ਅਬਦੁੱਲਾ ਬਿਨ ਮਸੂਦ ਏ, ਬਿਲਕੁਲ ਗਰੀਬ ਵਿਚਾਰੇ, ਦਰ ਬਦਰ ਵਿਕਣ ਵਾਲੇ ਹੈ, ਜਿਨ੍ਹਾਂ ਦਾ ਦਰ ਵੀ ਕੋਈ ਨਹੀਂ, ਘਰ ਵੀ ਕੋਈ ਨਹੀਂ, ਹਜ਼ੂਰ ਦੇ ਕਦਮਾਂ 'ਚ ਬੈਠਣ ਵਾਲੇ ਉਹ ਬੈਠੇ ਹੋਏ ਨੇ, ਅਤੇ ਸਿੱਦੀਕ ਅਕਬਰ ਨੇ ਸਾਰੇ ਕੁਫਾਰ ਨੂੰ ਮੁਖਾਤਬ ਹੋ ਕੇ ਜਿਹੜਾ ਐਲਾਨ ਫਰਮਾਇਆ, ਆਪ ਨੇ ਫਰਮਾਇਆ ਕੂਲੂ ਲਾ ਇਲਾਹਾ ਇਲੱਲਾਹ ਤੁਫਲਿਹੂ, ਉਹ ਲੋਗੋ ਜੇ ਕਾਮਯਾਬੀ ਚਾਹੁੰਦੇ ਹੋ ਤਾਂ ਆਓ ਰੱਬ ਸੱਚੀ ਦੀ ਵਹਦਾਨੀਅਤ ਦਾ ਦਾਮਨ ਪਕੜ ਲਓ, ਕਾਮਯਾਬ ਹੋ ਜਾਓ। ਸਿੱਦੀਕ ਅਕਬਰ ਨੇ ਐਲਾਨ ਫਰਮਾਇਆ ਤੁਹਾਡੇ ਖੁਦਾ ਝੂਠੇ ਨਹੀਂ, ਆਪਨੇ ਖੁਦਾਵਾਂ ਦੇ ਉਹਨਾਂ ਦੇ ਸਾਹਮਣੇ ਬੁੱਤਾਂ ਦੇ, ਪੁਜਾਰੀਆਂ ਦੇ ਸਾਹਮਣੇ ਉਹਨਾਂ ਦੇ ਖੁਦਾਵਾਂ ਦਾ ਬੁਤਲਾਨ ਫਰਮਾਇਆ, ਬਾਤਲ ਕੀਤੇ, ਰੱਦ ਕੀਤੇ, ਫਰਮਾਇਆ ਤੁਹਾਡੇ ਬਾਰਿਸ਼ ਦੇਣ ਵਾਲੇ ਖੁਦਾ ਵੀ ਝੂਠੇ, ਤੁਹਾਡੇ ਅਕੀਦੇ ਦੇ ਮੁਤਾਬਕ ਇਹ ਤੁਹਾਨੂੰ ਰੋਜ਼ੀ ਦੇਣ ਵਾਲੇ ਤੁਹਾਡੇ ਖੁਦਾ ਵੀ ਝੂਠੇ ਨੇ, ਹੁਬਲ ਵੀ ਝੂਠਾ ਹੈ, ਲਾਤ ਵੀ ਝੂਠਾ ਹੈ, ਮਨਾਤ ਵੀ ਝੂਠਾ ਹੈ, ਉਜ਼ਾ ਵੀ ਝੂਠਾ ਹੈ, ਤੁਹਾਡੇ ਛੋਟੇ ਬੜੇ ਸਾਰੇ ਖੁਦਾ, ਸੋਨੇ ਚਾਂਦੀ ਜ਼ੇਵਰਾਤ ਵਾਲੇ, ਇਹ ਸਾਰੇ ਖੁਦਾ ਝੂਠੇ ਨੇ। ਅਗਰ ਸੱਚੇ ਖੁਦਾ ਦੇ ਦਾਮਨ ਨਾਲ ਵਾਬਸਤਾ ਹੋਣਾ ਹੈ ਤਾਂ ਆਓ ਸੁਣੋ, ਮੇਰਾ ਖੁਦਾ ਤੇ ਹੁਵਲਦੀ ਲਾ ਕਰਦੇ ਨੇ, ਆਓ ਮੇਰੇ ਖੁਦਾ ਦੀ ਵਹਦਾਨੀਅਤ ਨੂੰ ਮੰਨ ਲਓ, ਮੇਰਾ ਖੁਦਾ ਸੱਚਾ, ਜਿੰਦੀ ਸ਼ਾਨ ਅੱਲਾ ਨੇ ਆਪਣੀ ਸ਼ਾਨ ਖੁਦ ਕੁਰਾਨ ਦੇ ਅੰਦਰ ਬਿਆਨ ਕਰਦਿਆਂ ਫਰਮਾਇਆ, ਹੁਵੱਲਜ਼ੀ ਲਾ ਇਲਾਹ ਇੱਲਾ ਹੂ ਅਲ-ਮਲਿਕੁਲ ਕੁਦੂਸੁਸ ਸਲਾਮੁਲ ਮੁਮਿਨੁਲ ਮੁਹੈਮਿਨੁਲ ਅਜ਼ੀਜ਼ੁਲ ਜੱਬਾਰੁਲ ਮੁਤਕੱਬਿਰ ਸੁਬਹਾਨੱਲਾਹੀ ਅੰਮਾ ਸਿੱਦੀਕ ਅਕਬਰ ਮੇਰੇ ਰੱਬੇ ਜ਼ੁਲ ਜਲਾਲ ਦੀਆਂ ਨਹੀਂ ਆ ਪਾਪ ਤਾਰੀਫ ਬਿਆਨ ਕਰਦੇ ਜਾ ਰਹੇ ਨੇ, ਅੱਲਾ ਦੀ ਵਾਦਾ ਨਹੀਂ ਅੱਧੇ ਡੰਕੇ ਵਜਾਉਂਦੇ ਜਾ ਰਹੇ ਨੇ। ਮਜ਼ੀਦ ਆਪਨੇ ਫਰਮਾਇਆ ਹੋਵੇਗਾ ਕਿ ਆਓ ਮੇਰੇ ਖੁਦਾ ਦੀ ਵਾਦਾ ਨੀਅਤ ਨੂੰ ਮੰਨ ਲਓ, ਹੁਵੱਲਾਹੁ ਅੱਲਜ਼ੀ ਲਾ ਇਲਾਹਾ ਇੱਲਾ ਹੂ ਆਲਿਮੁਲ ਗੈਬਿ ਵਸ਼ਹਾਦਤਿ ਜੀ। ਅੱਲਾ ਖਾਲਕੇ ਕਾਇਨਾਤ ਆਪਣੀ ਸ਼ਾਨ ਦੇ ਅੰਦਰ ਮਜ਼ੀਦ ਵੀ ਐਲਾਨ ਫਰਮਾ ਦੇ, ਇਹਨਾਂ ਆਇਤਾਂ ਨੂੰ ਸੁਣਦੇ ਜਾ, ਫਰਮਾ ਹੋ ਅੱਲਾਹੁ ਖਾਲਿਕੁਲ ਬਾਰਿਉਲ ਮੁਸੰਮਿਰੁ ਲਹੁਲ ਅਸਮਾਉਲ ਹੁਸਨਾ ਯੁਸੱਬਿਹੁ ਲਹੁ ਮਾ ਫਿਸ ਸਮਾਵਾਤਿ ਵਲ ਅਰਦਿ ਵਹੁਵਲ ਅਜ਼ੀਜ਼ੁਲ ਹਕੀਮ। ਕੁਰਾਨ ਜੇ ਸਮਝ ਆਈ ਤੇ ਉੱਚੀ ਬੋਲੋ ਸੁਭਾਨ ਅੱਲਾਹ।